ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਡੇ ਨਾਲ ਸੂਜੀ ਦੇ ਹਲਵੇ ਦੀ ਰੈਸਪੀ ਸ਼ੇਅਰ ਕਰਨ ਲੱਗੇ ਹਾਂ ਬਹੁਤ ਹੀ ਟੇਸਟੀ ਹਲਵਾ ਬਣ ਕੇ ਤਿਆਰ ਹੁੰਦਾ ਵਾ ਗੋੜ ਵਾਲਾ ਸੂਜੀ ਦਾ ਹਲਵਾ ਬਣਾ ਕੇ ਤਿਆਰ ਕਰਾਂਗੇ ਗੋੜ ਵਾਲਾ ਸੂਜੀ ਦਾ ਹਲਵਾ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਗੋੜ ਦਾ ਪਾਣੀ ਬਣਾ ਕੇ ਤਿਆਰ ਕਰਾਂਗੇ ਗੋੜ ਦਾ ਪਾਣੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਹਾਫ ਕਟੋਰੀ ਗੋੜ ਦੀ ਲਈ ਆ ਦੋ ਕਟੋਰੀ ਅਸੀਂ ਇਹਦੇ ਵਿੱਚ ਪਾਣੀ ਪਾਉਣੀਆਂ ਵਾ ਦੋ ਕਟੋਰੀ ਪਾਣੀ ਦੀਏ ਪਾ ਕੇ ਅਸੀਂ ਇਹਦਾ ਉਦੋਂ ਤੱਕ ਵੇਟ ਕਰਨਾ ਵਾ ਜਦੋਂ ਤੱਕ ਕਿ ਸਾਡਾ ਗੁੜ ਮੈਲਟ ਨਹੀਂ ਹੋ ਜਾਂਦਾ ਗੁੜ ਨੂੰ ਪਿਘਲਾਉਣਾ ਤਾਂ ਕਿ ਅਸੀਂ ਪਾਣੀ ਇਹਦਾ ਬਣਾਉਣਾ ਵਾ ਇਸ ਤੋਂ ਜ਼ਿਆਦਾ ਅਸੀਂ ਇਹਦੀ ਚਾਸਨੀ ਨਹੀਂ ਬਣਾਉਣੀ ਸਿਰਫ ਅਸੀਂ ਗੁੜ ਵਾਲਾ ਪਾਣੀ ਬਣਾ ਕੇ ਤਿਆਰ ਕਰਨਾ ਵਾ ਗੁੜ ਵਾਲਾ ਪਾਣੀ ਬਣ ਕੇ ਤਿਆਰ ਹੋ ਚੁੱਕਾ ਵਾ ਹੁਣ ਅਸੀਂ ਫਲੇਮ ਨੂੰ ਆਫ ਕਰ ਦੇਣਾ ਵਾ ਔਰ ਇਹ ਪਾਣੀ ਨੂੰ ਕਿਸੇ ਬਰਤਨ ਦੇ ਵਿੱਚ ਕੱਢ ਲੈਨੇ ਆ ਤੁਸੀਂ ਦੇਖ ਸਕਦੇ ਹੋ ਗੁੜ ਸਾਡਾ ਬਿਲਕੁਲ ਘੁਲ ਚੁੱਕਾ ਵਾ ਫਲੇਮ ਨੂੰ ਆਫ ਕਰ ਦਿੱਤਾ ਵਾ ਹੁਣ ਅਸੀਂ ਇਹਨੂੰ ਕਿਸੇ ਵਰਤਨ ਦੇ ਵਿੱਚ ਕੱਢ ਲੈਨੇ ਆਂ ਫਰੈਂਡਸ ਅਗਰ ਤੁਸੀਂ ਮੇਰੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਕੜਾਈ ਦੇ ਵਿੱਚ ਅਸੀਂ ਇੱਕ ਚਮਚ ਦੇਸੀ ਘਿਓ ਦਾ ਪਾਵਾਂਗੇ ਘਿਓ ਨੂੰ ਮੈਲਟ ਹੋਣ ਤੱਕ ਵੇਟ ਕਰਦੇ ਆਂ ਫਿਰ ਅਸੀਂ ਇਹਦੇ ਵਿੱਚ ਸੂਜੀ ਪਾਉਣੀ ਆ ਹੁਣ ਅਸੀਂ 2 ਚਮਚ ਸੂਜੀ ਤੇ ਪਾਵਾਂਗੇ ਮੈਂ 2 ਵੱਡੇ ਚਮਚ ਸੂਜੀ ਤੇ ਲਏ ਆ ਉਸੇ ਹਿਸਾਬ ਨਾਲ ਮੈਂ ਸਾਰੀਆਂ ਚੀਜ਼ਾਂ ਲੈਣੀਆਂ ਵਾ ਇੱਕ ਵੱਡਾ ਚਮਚ ਮੈਂ ਇਹਦੇ ਵਿੱਚ ਦੇਸੀ ਘਿਓ ਦਾ ਪਾਇਆ 2 ਵੱਡੇ ਚਮਚ ਸੂਜੀ ਤੇ ਤੁਸੀਂ ਦੇਸੀ ਘਿਓ ਜ਼ਿਆਦਾ ਵੀ ਪਾ ਸਕਦੇ ਹੋ ਲੇਕਿਨ ਮੈਂ 1 ਚਮਚ ਵੱਡਾ ਪਾਇਆ ਵਾ ਉਹਦੇ ਨਾਲ ਹੀ ਮੇਰਾ ਵਧੀਆ ਹਲਵਾ ਬਣ ਕੇ ਤਿਆਰ ਹੋ ਜਾਣਾ ਬਹੁਤ ਹੀ ਟੇਸਟੀ ਹਲਵਾ ਬਣ ਕੇ ਤਿਆਰ ਹੁੰਦਾ ਅਸੀਂ ਸੂਜੀ ਨੂੰ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਕਿ ਸੂਜੀ ਦਾ ਕਲਰ ਲਾਲ ਨਹੀਂ ਹੋ ਜਾਂਦਾ ਸੂਜੀ ਨੂੰ ਭੁੰਨਦੇ ਸਮੇਂ ਸੂਜੀ ਦਾ ਫਲੇਮ ਲੋ ਟੂ ਮੀਡੀਅਮ ਹੀ ਰੱਖਣਾ ਹਾਈ ਫਲੇਮ ਤੇ ਸੂਜੀ ਨੂੰ ਨਹੀਂ ਭੁੰਨਣਾ ਨਹੀਂ ਤੇ ਸੂਜੀ ਵਿੱਚ ਵਧੀਆ ਟੇਸ ਨਹੀਂ ਆਏਗਾ ਲੋ ਟੂ ਮੀਡੀਅਮ ਫਲੇਮ ਤੇ ਅਸੀਂ ਇਹਨੂੰ ਹੌਲੀ ਹੌਲੀ ਭੁੰਨਾਂਗੇ ਤਾਂ ਜੋ ਸੂਜੀ ਦੇ ਵਿੱਚ ਵਧੀਆ ਟੇਸ ਆਵੇ ਹੁਣ ਅਸੀਂ ਇਹਦੇ ਵਿੱਚ ਤਿੰਨ ਚਾਰ ਇਲਾਇਚੀਆਂ ਦੇ ਦਾਣੇ ਕੱਢ ਕੇ ਰੱਖੇ ਹੋਏ ਆ ਉਹਨਾਂ ਅਸੀਂ ਇਹਦੇ ਵਿੱਚ ਉਹ ਪਾ ਦਾਂਗੇ ਪੰਜੇ ਅਸੀਂ ਬਦਾਮ ਬ੍ਰੀਕ ਬ੍ਰੀਕ ਕੱਟ ਕੇ ਰੱਖੇ ਹੋਏ ਆ ਉਹ ਵੀ ਵਿੱਚ ਪਾ ਦਾਂਗੇ ਤਾਂ ਜੋ ਨਾਲ ਦੀ ਨਾਲ ਹੀ ਇਹ ਵੀ ਫਰਾਈ ਹੋ ਜਾਣਗੇ ਸੂਜੀ ਦੇ ਨਾਲ ਹੀ ਬਦਾਮ ਵੀ ਭੁੱਜ ਜਾਣਗੇ ਤੁਸੀਂ ਚਾਹੋ ਤੇ ਇਹਦੇ ਵਿੱਚ ਹੋਰ ਵੀ ਡ్రਾਈ ਫਰੂਟ ਪਾ ਸਕਦੇ ਹੋ ਲੇਕਿਨ ਮੈਂ ਜ਼ਿਆਦਾ ਨਹੀਂ ਪਾਏ ਹੁਣ ਅਸੀਂ ਇਹਦੇ ਵਿੱਚ ਜੋ ਅਸੀਂ ਪਾਣੀ ਬਣਾ ਕੇ ਤਿਆਰ ਕੀਤਾ ਹੋਇਆ ਸੀ ਉਹਨੂੰ ਅਸੀਂ ਛਾਣ ਕੇ ਪਾ ਲਾਂਗੇ ਜਦੋਂ ਅਸੀਂ ਇਹਦੇ ਵਿੱਚ ਗੋੜ ਵਾਲਾ ਪਾਣੀ ਪਾਉਣਾ ਵਾ ਉਦੋਂ ਅਸੀਂ ਫਲੇਮ ਨੂੰ ਆਫ ਕਰ ਲੈਣਾ ਵਾ ਕਿਉਂਕਿ ਛੱਗ ਦੇ ਨਾਲ ਬਾਹਰ ਨੂੰ ਫੇਰ ਕੜਾਈ ਦੇ ਵਿੱਚੋਂ ਆਏਗਾ ਇਸ ਕਰਕੇ ਮੈਂ ਫਲੇਮ ਨੂੰ ਆਫ ਕਰਕੇ ਪਾਣੀ ਪਾ ਕੇ ਫਿਰ ਫਲੇਮ ਨੂੰ ਔਨ ਕੀਤਾ ਹੈਗਾ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਤੁਸੀਂ ਦੇਖ ਸਕਦੇ ਹੋ ਸਾਡਾ ਹਲਵਾ ਬਣ ਕੇ ਰੈਡੀ ਹੋ ਚੁੱਕਾ ਵਾ ਤੁਸੀਂ ਇਸ ਸਟੇਜ ਤੇ ਵੀ ਹਲਵਾ ਖਾ ਸਕਦੇ ਆ ਲੇਕਿਨ ਮੈਂ ਇਹਨੂੰ ਥੋੜਾ ਜਿਆਦਾ ਹੋਰ ਪਕਾਵਾਂਗੀ ਕਈ ਲੋਕ ਪਤਲਾ ਹਲਵਾ ਪਸੰਦ ਕਰਦੇ ਆ ਤੁਸੀਂ ਪਹਿਲੇ ਵਾਲਾ ਜਿਹੜਾ ਮੈਂ ਦੱਸਿਆ ਵਾ ਉਸ ਟਾਈਮ ਤੇ ਬੰਦ ਕਰ ਸਕਦੇ ਹੋ ਲੇਕਿਨ ਮੈਂ ਥੋੜਾ ਜਿਆਦਾ ਹੋਰ ਪਕਾਇਆ ਵਾ ਤੁਸੀਂ ਦੇਖ ਸਕਦੇ ਹੋ ਸਾਡਾ ਹਲਵਾ ਬਣ ਕੇ ਰੈਡੀ ਹੋ ਚੁੱਕਾ ਵਾ ਹੁਣ ਅਸੀਂ ਫਲੇਮ ਨੂੰ ਆਫ ਕਰ ਦਾਂਗੇ ਹਲਵੇ ਨੂੰ ਕਿਸੇ ਬੋਲ ਦੇ ਵਿੱਚ ਕੱਢ ਲਵਾਂਗੇ ਬਹੁਤ ਹੀ ਟੇਸਟੀ ਹਲਵਾ ਬਣ ਕੇ ਤਿਆਰ ਹੁੰਦਾ ਵਾ ਚੀਨੀ ਵਾਲੇ ਹਲਵੇ ਦੇ ਨਾਲੋਂ ਜ਼ਿਆਦਾ ਟੇਸਟੀ ਗੋੜ ਵਾਲਾ ਹਲਵਾ ਬਣ ਕੇ ਰੈਡੀ ਹੁੰਦਾ ਵਾ ਬੱਚੇ ਬਹੁਤ ਹੀ ਪਸੰਦ ਕਰਦੇ ਇਹ ਹਲਵੇ ਨੂੰ ਤੁਸੀਂ ਦੇਖ ਸਕਦੇ ਹੋ ਸਾਡਾ ਹਲਵਾ ਬਣ ਕੇ ਰੈਡੀ ਹੋ ਚੁੱਕਾ ਵਾ ਬਹੁਤ ਹੀ ਟੇਸਟੀ ਹਲਵਾ ਬਣ ਕੇ ਤਿਆਰ ਹੋਇਆ ਵਾ